अगर आपने हमारे चैनल को सब्सक्राइब नहीं किया है तो इसे सब्सक्राइब कर लें। आज बठिंडा के मैना चौक के पास कोट रोड पर दो दुकानों में भारी भीषण आग लग गई। यह दोनों दुकानें फोटो फ्रेमिंग की दुकानें थी। वही दुकान के किरायेदार जुगल किशोर का कहना था कि यह दुकान मेरे पास करीब 20 साल से 2017 से हमारा कोर्ट में केस भी चल रहा है और यह दुकान मेरे पास 1992 से है। इस दुकान का इसका मैं रेगुलर किराया भी दे रहा हूँ, लेकिन इन लोगों ने जबरदस्ती मेरी दुकान में से दीवार भी निकाली थी और मेरी दुकान को ताला भी लगाया था, जबकि हमारा कोर्ट केस भी चल रहा है। आज सुबह 8 बजे मैंने दुकान खोली, मैं कुछ सामान लेने के लिए गया था। करीब 9 बजे मैं वापस आया तो मेरी दुकान में आग लगी थी। मुझे पूरा शक है कि मेरी दुकान में मेरे दुकान मालिक ने ही लगाई है, क्योंकि काफी दिनों से हमारी रंजिश चल रही है। ਜੋਗਲ ਕਿਸ਼ੋਰ ਨੇ ਕਿਹਾ ਹੋਇਆ ਸੀ ਮੈਂ ਅੱਗ ਲਾਵਾਂਗਾ, ਨਾਲੇ ਆਪਦੇ ਆਪ ਨੂੰ ਅੱਗ ਲਾ ਕੇ ਮੈਂ 2013 ਜੀ ਮੈਂ ਪੁਲਿਸ ਨੂੰ ਕੰਪਲੇਂਟ ਕਰੀ ਸੀਗੀ ਕਿ ਇਹ ਬੰਦਾ ਅੱਗ ਲਾਉਣ ਨੂੰ ਫਿਰਦਾ, ਮੇਰੀ ਪੁਲਿਸ ਨੇ ਕੋਈ ਸੁਣਵਾਈ ਨਹੀਂ। ਇਸ ਤੋਂ ਪਹਿਲਾਂ ਵੀ ਕੋਈ ਰੋਣਾ ਪਿਆ ਤੁਹਾਡਾ? ਉਹਨਾਂ ਦਾ ਕਹਿਣਾ ਕਿ ਪਹਿਲਾਂ ਇਹਨਾਂ ਨੇ ਕਦੇ ਨਹੀਂ ਇਹ 18 ਸਾਲ ਤੋਂ ਬੈਠਾ ਅਤੇ ਹਫ਼ਤਾ ਪਹਿਲਾਂ ਕੋਈ ਦੀਵਾਰ ਗਿਰੀ ਸੀ, ਦੀਵਾਰ ਗਿਰੀ ਤੁਹਾਡੇ ਤੋਂ ਦੀਵਾਰ ਗਿਰੀ ਸੀ 13 ਤਰੀਕ ਨੂੰ ਸਵੇਰੇ 10 ਵਜੇ ਉਹ ਪੁਲਿਸ ਨੂੰ ਕੰਪਲੇਂਟ ਕਰੀ ਹੋਈ ਸੀ। ਇਹ ਕਹਿੰਦੇ ਤੁਸੀਂ ਗਿਰੀ ਹੈ ਕੋਈ ਦੀਵਾਰ ਉਹਨਾਂ ਦੀ? ਇਹ ਤਾਂ ਅੱਗ ਲਾਉਣ ਵੀ ਸਾਨੂੰ ਕਹੂੰਗਾ। ਅੱਛਾ, ਤੁਹਾਡਾ ਨਾਮ ਹੀ ਲੈ ਰਹੇ ਜੀ? ਉਹ ਤੁਹਾਡਾ ਨਾਮ ਹੀ ਲੈ ਰਹੇ ਜੀ? ਅਸੀਂ ਤਾਂ ਇੱਥੇ ਹੈ ਹੀ ਨਹੀਂ, ਅਸੀਂ ਤਾਂ ਕੋਰਟ ਦੀ ਤਰੀਕ ਭੁਗਤ ਰਹੇ ਹਾਂ, ਕੋਰਟ ਤੋਂ ਆਏ ਹਾਂ। ਨਹੀਂ ਫਿਰ ਕਾਰਨ ਕੀ ਅੱਗ ਲਾਉਣ ਦਾ ਆਪਣੇ ਆਪ ਨੂੰ ਦੁਕਾਨ ਦਾ? ਵੀ ਕੋਈ ਮੇਰਾ 10 ਲੱਖ ਦਾ ਮਾਲ ਹੈ, ਮੈਂ ਅੱਜ ਕਿਉਂ ਲਾਊਂਗਾ? ਅੱਛਾ, ਉਹਦਾ 10,000 ਦਾ ਵੀ ਮਾਲ ਨਹੀਂ ਹੁੰਦਾ? ਠੀਕ ਹੈ, ਉਹ ਦੁਕਾਨ ਖੁੱਲ੍ਹੀ ਬੈਠਾ। ਠੀਕ ਹੈ, ਅਸੀਂ ਹੈ ਨਹੀਂ, ਅੱਗ ਕਿਵੇਂ ਲੱਗ ਸਕਦੀ ਹੈ? ਜਦੋਂ ਕਿ ਅਸੀਂ ਦੁਕਾਨ 'ਤੇ ਆਏ ਹੀ ਨਹੀਂ ਤਾਂ ਅੱਗ ਕਿਵੇਂ ਲੱਗ ਜਾਵੇਗੀ? ਅੱਛਾ, ਤੁਹਾਡਾ ਕਿੰਨਾ ਕੁ ਸਾਲ ਹੈ? ਅਪਰੋਕਸੀਮੇਟਲੀ ਅਜੇ ਕੁਛ ਨਹੀਂ ਕਹਿ ਸਕਦਾ, 5 ਲੱਖ ਅਤੇ 10 ਲੱਖ ਦੀ ਤਸਵੀਰ ਹੋਣਾ ਚਾਹੀਦਾ। ਦੁਕਾਨ ਪੂਰੀ ਭਰੀ ਹੋਈ ਸੀ ਸਮਾਨ ਦੀ, ਅੰਦਰ ਪੈਰ ਰੱਖਣ ਨੂੰ ਵੀ ਥਾਂ ਕੀ ਸਮਾਨ ਸੀਗਾ ਜੀ? ਫੋਟੋ ਫਰੇਮਿੰਗ ਦਾ, ਸ਼ੀਸ਼ੇ ਵਗੈਰਾ, ਗਿਫਟ ਗੈਲਰੀ ਦਾ। ਅੱਛਾ, ਤੁਹਾਡੀ ਕਿਸ ਨਾਮ 'ਤੇ ਦੁਕਾਨ ਸੀ? ਉਹਨਾਂ ਦੀ ਕਿਸ ਨਾਮ 'ਤੇ? ਸਾਡੀ ਸਿੱਧੂ ਫੋਟੋ ਗੈਲਰੀ ਦੇ ਉੱਤੇ, ਉਹਨਾਂ ਦੀ ਜੁਗਲੋ ਕਿਸ਼ੋਰ ਰਾਧੇ ਸ਼ਾਮ ਦੇ। ਤੁਹਾਡੀ ਉੱਪਰ ਹੈ ਦੁਕਾਨ ਜੀ? ਤੁਹਾਡੀ ਉੱਪਰ ਨੀਚੇ? ਨਾਲ ਹੀ ਹੈ, ਬਿਲਕੁਲ ਫਰੰਟ ਵਾਲਾ ਜਿਹਾ ਫਰੰਟ ਹੈ ਉਹ ਵੱਡੇ। ਹੋਰ ਕਿਸ ਤੋਂ ਉੱਪਰ ਵੀ ਗਿਆ ਨੁਕਸਾਨ ਹੋਇਆ ਕਿ ਜਾਂ ਤਾਂ ਉੱਪਰ ਦਾ ਨੁਕਸਾਨ? ਬਾਰੇ ਮੈਂ ਤਾਂ ਨਹੀਂ ਅਜੇ ਉੱਪਰ ਗਿਆ ਅਤੇ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਠੀਕ ਹੈ, ਅੱਜ ਕੀ ਰੋਣਾ ਜੀ? ਜੁਗਲ ਕਿਸ਼ੋਰ ਚੁੱਕੀ ਜੀ, ਦੁਕਾਨ ਦਾ ਰੋਲਾ ਜੀ ਸਾਡਾ। ਕੀ ਰੋਣਾ? ਕੀ ਦੁਕਾਨ ਕਿਰਾਏ ਦਾ ਜੀ? ਹਾਂਜੀ, ਦੁਕਾਨ ਦਾ ਕੀ ਰੋਣਾ? ਕੀ ਦੁਕਾਨ ਦਾ ਜੀ? ਕਿਰਾਏ ਦਾ ਜੀ, ਕਿਰਾਏ ਦਾ। ਅੱਛਾ, ਦੁਕਾਨ ਤੁਹਾਡੀ ਹੈ? ਅਜੇ ਕਿਰਾਏ ਦੀ ਹੈ। ਕਿਰਾਏ ਤੇ ਹੈ ਜੀ। ਅੱਛਾ, ਹੁਣ ਕੀ ਰੋਣਾ ਕੀ ਚੱਲ ਰਿਹਾ? ਇੱਕ ਪਹਿਲਾਂ ਜੀ 13 ਤਰੀਕ ਨੂੰ ਕੰਧ ਬਣੀ ਜ਼ਬਰਦਸਤੀ, ਫਿਰ ਇਹਨੇ ਤਾਲੇ ਲਾਏ ਮੇਰੀ ਦੁਕਾਨ ਨੂੰ, ਫਿਰ ਇਹਨੇ ਛੱਡੋ ਦੀਆਂ ਪੱਕੀਆਂ ਬਿੰਗੀਆਂ ਕੀਤੀਆਂ, ਪੁਲਿਸ ਕੋਲ ਸਾਰੀ ਰਿਪੋਰਟ ਗਈ ਹੋਈ ਮੇਰੀ, ਪੁਲਿਸ ਨੇ ਮੇਰੀ ਕੋਈ ਕਾਰਵਾਈ ਨਹੀਂ ਪਾਈ ਗਈ, ਕੋਰਟ 'ਚ ਕੇਸ ਚੱਲ ਰਿਹਾ ਹੈ। ਇੱਕ ਪਹਿਲਾਂ ਕੋਰਟ 'ਚ ਫੈਸਲਾ ਹੋ ਚੁੱਕਾ 23/10/1917 ਉਹਦੀ ਐਪਲੀਕੇਸ਼ਨ ਲੱਗੀ ਹੋਈ ਹੈ, ਵਕੀਲ ਕੋਲ ਕੇਸ ਦਰਜ ਹੈ ਜੀ ਮੇਰਾ। ਜਿਹੜਾ ਹਾਂਜੀ, ਮੈਂ ਮੌਕੇ 'ਤੇ ਦੁਕਾਨ 'ਤੇ ਖੜ੍ਹਾ ਜੀ, 10:16 ਤੋਂ ਮੇਰੀ ਦੁਕਾਨ ਨੂੰ ਲਾਈ ਤੋਂ 25 ਸਾਲ ਦਾ ਕਰਜ਼ਾ ਜੀ ਮੇਰਾ 1992 ਤੋਂ। ਕਿੰਨੇ ਇਹ ਅੰਦਰੋਂ ਲੱਗੀ ਹੈ ਜੀ? ਅੱਗ ਲਾਈ ਹੈ ਜੀ, ਲੱਗੀ ਨਹੀਂ ਜੀ, ਲਾਈ ਹੈ ਜੀ ਇਹਨੇ ਅੱਗ ਜੀ, ਲਾਈ ਹੈ ਇਹਨੇ ਅੱਗ ਜੀ, ਅੱਗ ਲਾਈ ਹੈ ਜੀ, ਦੋਨੇ ਪਿਓ ਪੁੱਤਰ ਨੇ ਲਾਈ ਹੈ, ਦੋਨਾਂ ਪਿਓ ਪੁੱਤਰ ਨੇ ਲਾਈ ਹੈ ਜੀ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ। ਬਸ ਰਾਤ ਦੇ 10:36 ਤੋਂ ਗਏ ਦੁਕਾਨ ਬੰਦ ਕਰਕੇ, ਸਾਡਾ ਨੁਕਸਾਨ ਹੋਇਆ ਜੀ, ਜਿੰਨਾ
ਸਾਨੂੰ ਵੱਧ ਮੁਨਾਫਾ ਦਿੱਤਾ ਜਾਵੇ ਜੀ ਇਹਦਾ, ਬਾਕੀ ਸਰ ਜੀ ਸਾਨੂੰ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਜੀ। ਪਹਿਲਾਂ ਵੀ ਇਹਨੂੰ ਸਜ਼ਾ ਹੋਈ 23-25 ਦੇ ਵਿੱਚ, 6 ਮਈ 1900 1792 ਨੂੰ। ਅੱਛਾ ਜੀ, ਹਾਂਜੀ, ਇਹ ਦੁਕਾਨ ਪਹਿਲੇ ਮਾਲਕ ਤੋਂ ਲਈ ਹੋਈ ਆ, ਦਰਸ਼ਨ ਸਿੰਘ ਸਾਨੂੰ, ਪ੍ਰੀਤਮ ਸਿੰਘ ਤੋਂ, ਇਹ ਤੀਜਾ ਮਾਲਕ ਹੈ ਜੀ ਸਾਡੀ ਦੁਕਾਨ ਦਾ। ਉਹ ਤੋਂ ਬਾਅਦ ਜਗਜੀਤ ਸਿੰਘ ਸਾਨੂੰ ਜਲਾਵਰ ਸਿੰਘ ਬਣਿਆ, ਮੈਂ ਇਹਨੇ ਜਲਾਵਰ ਜਗਜੀਤ ਸਿੰਘ ਤੋਂ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ।